ਭੁੱਲਾ ਤੇ ਆਪਣਾ ਮੁਬਰਕ ਹੈ ਸਹੀ ਪਿੜਦਾ ਭੋਲੇ ਦਾ ਪਿਓ ਇਹ ਦਪਈ ਜਾਣ ਦਾ ਲਾਰਾ ਲਾ ਕੇ ਭਈਆ ਬਣਾ ਕੇ ਰੱਖਿਆ ਗਿਆ ਨੇ ਉਹਨੂੰ ਚੰਦਰੇ ਬਲੈਕ ਦੀ ਨੇ ਦੱਸ ਦੇ ਮੇਰੀ ਮਿਹਨਤ ਨਾ ਕੀਤੀ ਹੋਈ ਕਮਾਈ ਨੂੰ ਸਲਾਮ ਤੇ ਸਤਿ ਸ਼੍ਰੀ ਅਕਾਲ ਮੈਂ ਸੁਨੀਲ ਔਰ ਸੈਲਫ ਇੰਟਰੈਕਸ਼ਨ ਚ ਭਾਈ ਸਾਹਿਬ ਭਾਈ ਭੋਲਾ ਯਾਨੀ ਕਿ ਗਿੱਪੀ ਗਰੇਵਾਲ ਦੇ ਸੀ ਰੌਕਸਟਾਰ ਨੂੰ ਅਸੀਂ ਕਰ ਲਿਆ ਲੌਕ ਸਵਾਗਤ ਪੀਸੀ ਪੰਜਾਬੀ ਦੇ ਫੇਸਬੁੱਕ ਪੇਜ ਤੇ ਥੈਂਕ ਯੂ ਜੀ ਕਿਦਾਂ ਹਾਲ ਚਾਲ ਜੀ ਠੀਕ ਠਾਕ ਹੋ ਜੀ ਹਾਲ ਚਾਲ ਤੁਹਾਨੂੰ ਕਮੈਂਟ ਸੁਣੇ ਮੈਨੂੰ ਲੱਗਦਾ ਥੋੜੇ ਕੁ ਮਿੰਟਾਂ ਬਾਅਦ ਸ਼ੁਰੂ ਹੋ ਜਾਣਗੇ ਔਰ ਆਪਾਂ ਆਪਣੀਆਂ ਗੱਲਾਂ ਮਾਰਦੇ ਆ ਉਹਨਾਂ ਦੇ ਉਹਨਾਂ ਨਾਲ ਮੈਂ ਗੱਲਾਂ ਮਾਰਦਾ ਰਹਿੰਦਾ ਉਹਨਾਂ ਦੇ ਕਮੈਂਟ ਮੇਰੇ ਕੋਲ ਆਉਂਦੇ ਰਹਿੰਦੇ ਓਕੇ ਮੈਨੂੰ ਇਹੀ ਪਰੇਸ਼ਾਨੀ ਲੱਗ ਰਹੀ ਹੈ ਵੀ ਜਿੰਨੀ ਤੁਸੀਂ ਆ ਡੰਡਾ ਭਾਰਾ ਚੱਕਿਆ ਹੋਇਆ ਵਾ ਕਿੰਨੀ ਦੇਰ ਤੋਂ ਜਿਮ ਜਾਣ ਦੀ ਲੋੜ ਨੀਗੀ ਜਿਮ ਜਾਣ ਦੀ ਲੋੜ ਨੀ ਸਹੀ ਗੱਲ ਕਰਕੇ ਵਾਹਵਾ ਦੇਰ ਚੱਲੂਗਾ ਇਹ ਕੰਮ ਬਾਈ ਜੀ ਨਾਲ ਹੁਣ ਅਸੀਂ ਪੂਰੀਆਂ ਗੱਲਾਂ ਬਾਤਾਂ ਕਰਨੀਆਂ ਔਰ ਤੁਹਾਡੀਆਂ ਗੱਲਾਂ ਬਾਤਾਂ ਹੈਲੋ ਵੀ ਆ ਗਿਆ ਜੀ ਸਭ ਤੋਂ ਪਹਿਲਾਂ ਜਿਹੜੀ ਹੈਲੋ ਆਈ ਹੈ ਸਾਨੂੰ ਪੰਨੂ ਸਾਹਿਬ ਵੱਲੋਂ ਆਈ ਹੈ ਫਿਰ ਬੁਰੀ ਸਲ ਸਾਹਿਬ ਵੀ ਕਹਿ ਰਹੇ ਨੇ ਹੈਲੋ ਭਾਜੀ ਸੀਰਲ ਕੌਰ ਸਿੱਧੂ ਗਿੱਪੀ ਗਰੇਵਾਲ ਦ ਬੈਸਟ ਲਓ ਜੀ ਪਹਿਲਾ ਕਮੈਂਟ ਆ ਗਿਆ ਦ ਬੈਸਟ ਭਾਜੀ ਇਹ ਮੈਂ ਹੀ ਛੱਡੇ ਹੋਏ ਨੇ ਮਤਲਬ ਥੋੜ੍ਹੇ ਜਿਹੇ ਮੈਂ ਕਿਹਾ ਤੁਸੀਂ ਬੋਲਦੇ ਰਹਿਣਾ ਮੈਂ ਤਾਂ ਅਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਹੋਰ ਕਿੱਦਾਂ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਮੈਂ ਭੁੱਲ ਜਾਂਦਾ ਅੱਜ ਤੇ ਵੀ ਤੁਸੀਂ ਬੋਲਣਾ ਵਾ ਕਿਉਂਕਿ ਅਸੀਂ ਇੱਧਰ ਵੀ ਰਿਕਾਰਡ ਹੋ ਰਹੇ ਹਾਂ ਮੇਰਾ ਭਾਜੀ ਮੇਰਾ ਥੋੜ੍ਹਾ ਜਿਹਾ ਸਾਥ ਅੱਜ ਦੇ ਰਹੇ ਨੇ ਕਿਉਂਕਿ ਭਾਜੀ ਕਹਿੰਦੇ ਤੁਸੀਂ ਸੈਲਫੀ ਸਟਿਕ ਬਹੁਤ ਹੈਵੀ ਫੜੀ ਹੋਈ ਹੈ ਮੈਨੂੰ ਮਾਈਕ ਸਾਂਭਣ ਦਾ ਮੌਕਾ ਦਿਓ ਮੌਕਾ ਭਾਜੀ ਨੂੰ ਦਿੱਤਾ ਪਰ ਭਾਜੀ ਲੌਕ ਆਪਣੇ ਆਪ 'ਚ ਸਬਜੈਕਟ ਦੀ ਵਾਈਜ਼ ਅਗਰ ਗੱਲ ਕਰੀਏ ਤਾਂ ਬੜਾ ਇੰਟਰਸਟਿੰਗ ਸਬਜੈਕਟ ਲੱਗ ਰਿਹਾ ਭੋਲਾ ਵੀ ਨਜ਼ਰ ਆ ਰਿਹਾ ਦੂਜੇ ਪਾਸੇ ਐਂ ਲੱਗਦਾ ਕਿ ਤੁਸੀਂ ਡਬਲ ਰੋਲ ਦੇ ਕਿਰਦਾਰ 'ਚ ਆ ਰਹੇ ਨਹੀਂ ਨਹੀਂ ਡਬਲ ਰੋਲ ਦੇ ਕਿਰਦਾਰ 'ਚ ਨਹੀਂ ਹੈਗਾ ਜੀ ਅਤੇ ਕਿਰਦਾਰ ਇੱਕ ਹੀ ਹੈ ਭੋਲਾ ਭੋਲਾ ਭੂੰਡ ਵਾਲਾ ਮਤਲਬ ਆਟ ਵਾਲਾ ਅਤੇ ਕਿੱਦਾਂ ਦਾ ਕਿਰਦਾਰ ਹੈ ਇੱਕ ਆਮ ਜ਼ਿੰਦਗੀ ਹੈ ਰੂਟੀਨ ਵਾਲੀ ਲਾਈਫ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹਰ ਬੰਦਾ ਜਿਉਂਦਾ ਵਾ ਅੱਜ ਕੱਲ੍ਹ ਆਮ ਜ਼ਿੰਦਗੀ ਕਿੱਦਾਂ ਚੱਲਦੀ ਆ ਸੋ ਉੱਦਾਂ ਦੀ ਕਹਾਣੀ ਹੈ ਉਮੀਦ ਆ ਕਿ ਸਾਰਿਆਂ ਨੂੰ ਇੱਕ ਹਾਂ ਵੱਖਰੀ ਫਿਲਮ ਜ਼ਰੂਰ ਹੈ ਵੱਖਰੀ ਨਹੀਂ ਬਹੁਤ ਵੱਖਰੀ ਹੈ ਮੂਰਖ ਭੋਲਾ ਨਹੀਂ ਮੂਰਖ ਤਾਂ ਹੁਣ ਗਿੱਲ ਬਣੂਗਾ ਪੰਗਾ ਤਾਂ ਨਹੀਂ ਪੈ ਜੂ ਲੈ ਬਾਈ ਭੋਲੇ ਦੇ ਹੁੰਦੇ ਆ ਕਾਹਦਾ ਪੰਗਾ ਭੋਲਾ ਤਾਂ ਡਬਈ ਜਾ ਨਹੀਂ ਸਕਿਆ ਪਰ ਜਾਣ ਹੁਣ ਗਿੱਲ ਨੂੰ ਨਹੀਂ ਦਿੰਦਾ ਐਕਚੁਲੀ ਪ੍ਰੋਬਲਮ ਇਹ ਪੈਂਦੀ ਹੈ ਜੀ ਵੀ ਜਿਹੜਾ ਬਾਈ ਹੋਰਾਂ ਨੇ ਡੰਡਾ ਫੜਿਆ ਇਹ ਇੰਨੀ ਦੂਰ ਆ ਵੀ ਉੱਥੋਂ ਮੋਬਾਈਲ ਦੇ ਉੱਤੋਂ ਪੜ੍ਹਨਾ ਔਖਾ ਹੋ ਜਾਂਦਾ ਵਾ ਪਰ ਸਾਰਿਆਂ ਦੀ ਹੈਲੋ ਚੱਲ ਰਹੀ ਆ ਬਾਈ ਨੇ 25-30 ਵਾਰੀ ਹੈਲੋ ਸਿੱਟੀ ਬਾਈ ਸਤਿ ਸ਼੍ਰੀ ਅਕਾਲ ਜਿੰਦਾਬਾਦ ਲਖਨ ਸਾਹਿਬ ਨੇ ਸਿੱਟੀ ਹੈ ਵਾਹ ਜੀ ਅਨਿਲ ਕਪੂਰ ਸਾਹਿਬ ਦੇ ਫੈਨ ਲੱਗਦੇ ਵਾਹ ਜੀ ਵਾਹ ਜਿਹਦੇ ਮਰਜ਼ੀ ਹੋਣ ਬਾਈ ਜੀ ਇਸ ਟਾਈਮ ਸਾਡੀ ਹੈਲੋ ਹੈ ਹਾਂ ਸਾਨੂੰ ਕੀਤੀ ਹੈ ਬਾਈ ਨੇ ਮੈਂ ਸਵੇਰੇ ਗਾਣਾ ਸੁਣ ਰਿਹਾ ਸੀ ਹੈਲੋ ਹੈਲੋ ਭਾਈ ਬੇਨਤੀ ਕੀਤੀ ਜਾਂਦੀ ਹੈ ਵੀ 14 ਅਕਤੂਬਰ ਨੂੰ ਲੌਗ ਰਿਲੀਜ਼ ਹੋਣੀ ਹੈ ਔਰ ਲੌਗ ਕਰ ਲਓ ਆਪਣੀਆਂ ਡੇਟਾਂ ਕਿਉਂਕਿ ਬਾਈ ਦੀ ਫਿਲਮ ਆ ਰਹੀ ਹੈ ਔਰ ਬਾਈ ਅਸੀਂ ਮੇਲ ਕਰਾਤੇ ਰੱਬਾ ਤੋਂ ਲੈ ਕੇ ਹੁਣ ਲੌਕ ਤੱਕ ਦੀ ਅਗਰ ਗੱਲ ਕਰੀਏ ਟ੍ਰਾਂਸਫਾਰਮੇਸ਼ਨ ਇੱਕ ਹੈਗੀ ਗਿੱਪੀ ਬਿਲਕੁਲ ਦੇ ਐਜ਼ ਅ ਐਕਟਰ ਵੀ ਔਰ ਐਜ਼ ਅ ਕੰਪਲੀਟ ਆਰਟਿਸਟ ਵੀ ਬਿਲਕੁਲ ਜੀ ਅਰਦਾਸ ਫਿਲਮ ਐਜ਼ ਅ ਡਾਇਰੈਕਟਰ ਵੀ ਤੁਸੀਂ ਡੈਬਿਊ ਕੀਤਾ ਜੀ ਰਿਸਪੋਂਸਿਬਿਲਟੀ ਕਿੰਨੀ ਕੁ ਵੱਧ ਗਈ ਹੁਣ ਲੌਕ ਕਿਉਂਕਿ ਆ ਰਹੀ ਹੈ ਇੱਕ ਮੋਢਿਆਂ ਤੇ ਭਾਰ ਬਹੁਤ ਜ਼ਿਆਦਾ ਵੱਧ ਜਾਂਦਾ ਮੇਰੇ ਖਿਆਲ ਬਿਲਕੁਲ ਜੀ ਵੱਧ ਜਾਂਦਾ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਦਿੰਦੇ ਆ ਨਵੀਂ ਚੀਜ਼ ਲੈ ਕੇ ਆਉਂਦੇ ਆ ਸੋ ਇੰਨੇ ਫੈਨਸ ਇੰਨੇ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਵਾ ਉਹ ਨਾਲ ਜੁੜੇ ਹੁੰਦੇ ਨੇ ਕੋਈ ਚੀਜ਼ ਮਾੜੀ ਹੋ ਜਾਂਦੀ ਆ ਵਧੀਆ ਨਹੀਂ ਲੱਗਦੀ ਤਾਂ ਉਹਨਾਂ ਨੂੰ ਵੀ ਬੈਡ ਫੀਲ ਹੁੰਦਾ ਵਾ ਉਹਨਾਂ ਦਾ ਦਿਲ ਟੁੱਟ ਜਾਂਦਾ ਸੋ ਸਾਡੀ ਹਰ ਵਾਰੀ ਕੋਸ਼ਿਸ਼ ਹੁੰਦੀ ਆ ਕਿ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਂਦੀ ਜਾਵੇ ਵਧੀਆ ਤੋਂ ਵਧੀਆ ਚੀਜ਼ ਲੈ ਕੇ ਆਉਂਦੀ ਜਾਵੇ ਦੋ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਉਹ ਹੁੰਦੀਆਂ ਨੇ ਕਿ ਜਿਹੜੀਆਂ ਬਹੁਤ ਬਿਜ਼ਨਸ ਕਰਦੀਆਂ ਬੜਾ ਕੁਛ ਹੋ ਜਾਂਦੀਆਂ ਅਤੇ ਬਟ ਲੋਕ ਕਹਿੰਦੇ ਆ ਕਿ ਆ ਠੀਕ ਹੈ ਨਹੀਂ ਹੈ ਨਾ ਮਤਲਬ ਮੇਰੇ ਫੈਨਸ ਬਹੁਤ ਬੜੇ ਲੋਕਾਂ ਨੇ ਗਾਣਾ ਸੁਣਿਆ ਜਿਵੇਂ ਕਹਿ ਲਈਏ ਅੰਗਰੇਜ਼ੀ ਬੀਟ 'ਤੇ ਹਿੱਟ ਗਾਣਾ ਹੈ ਸਭ ਨੂੰ ਅੱਛਾ ਲੱਗਿਆ ਬਹੁਤ ਲੱਗਿਆ ਬਟ ਜਿਵੇਂ ਗਾਣਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ ਘੱਟ ਚੱਲਿਆ ਬਟ ਰਿਸਪੈਕਟ ਜ਼ਿਆਦਾ ਮਿਲੀ ਉਸ ਗਾਣੇ ਨੇ ਹੈ ਨਾ ਸੋ ਇੱਦਾਂ ਹੀ ਕਈ ਫਿਲਮਾਂ ਨੇ ਮੇਰੀਆਂ ਫਿਲਮਾਂ ਕਈ ਬਹੁਤ ਚੱਲੀਆਂ ਅਤੇ ਬਟ ਜਦੋਂ ਅਰਦਾਸ ਚੱਲੀ ਅਰਦਾਸ ਨੇ ਇੱਕ ਇੱਜ਼ਤ ਇੱਕ ਮਾਣ ਇੱਕ ਰੁਤਬਾ ਸਾਨੂੰ ਦਵਾਇਆ ਜਿਹੜਾ ਪਹਿਲਾਂ ਸ਼ਾਇਦ ਸਾਡੇ ਕੋਲ ਨਹੀਂ ਸੀ ਬੜੇ ਇੱਦਾਂ ਦੇ ਲੋਕ ਬਜ਼ੁਰਗ ਕਾਫੀ ਸੀਨੀਅਰ ਲੋਕ ਮੇਰੇ ਨਾਲ ਉਸ ਫਿਲਮ ਕਰਕੇ ਜੁੜੇ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਵੀ ਜ਼ਰੂਰੀ ਆ ਸੋ ਉੱਦਾਂ ਹੀ ਇਹ ਲੌਕ ਇੱਕ ਵੱਖਰੀ ਜਿਹੀ ਫਿਲਮ ਹੈ ਜੀ ਲੌਕ ਦੇ ਵਿੱਚ ਵੀ ਬੜੀਆਂ ਅੱਛੀਆਂ ਚੀਜ਼ਾਂ ਨੇ ਸੋ ਪੇਰੈਂਟਸ ਅੱਜ ਕੱਲ੍ਹ ਵੈਸੇ ਕਿਉਂਕਿ ਅਰਦਾਸ 'ਚ ਮੈਂ ਸਬਜੈਕਟ ਟੱਚ ਕੀਤਾ ਸੀ ਭਰੂਣ ਹੱਤਿਆ ਦਾ ਕਿ ਕੁੜੀਆਂ ਨੂੰ ਮਾਰ ਦਿੰਦੇ ਨੇ ਕੁੱਖਾਂ ਦੇ ਵਿੱਚ ਹੀ ਬਟ ਕਈ ਜਿਹੜੀਆਂ ਬੱਚੀਆਂ ਜਨਮ ਲੈ ਲੈਂਦੀਆਂ ਨੇ ਬਟ ਸ਼ਾਇਦ ਉਹਨਾਂ ਦੇ ਪੇਰੈਂਟਸ ਉਹਨਾਂ ਤੋਂ ਬਹੁਤੇ ਖੁਸ਼ ਨਹੀਂ ਹੁੰਦੇ ਅਤੇ ਇੱਕ ਉੱਦਾਂ ਦਾ ਫਾਦਰ ਹੈ ਸਮੀਪ ਕੰਗ ਜਿਹੜਾ ਇਹਦੇ 'ਚ ਰੋਲ ਪਲੇ ਕਰ ਰਿਹਾ ਥੋੜ੍ਹਾ ਜਿਹਾ ਛੋਟੀ ਸੋਚ ਦਾ ਥੋੜ੍ਹੀ ਰਿਜ਼ਰਵ ਜੀ ਮੈਂਟੈਲਿਟੀ ਕਿ ਯਾਰ ਹਾਂ ਬੱਚੇ ਇੱਥੇ ਖੇਡ ਰਹੇ ਨੇ ਬੱਚੇ ਮੁੰਡੇ ਕੁੜੀਆਂ ਖੜ੍ਹੇ ਨੇ ਮੇਰੀ ਬੇਟੀ ਤਾਂ ਨਹੀਂ ਕਿਤੇ ਮੁੰਡਿਆਂ 'ਚ ਖੜ੍ਹੀ ਹੈਗੀ ਕੁੜੀ ਨੂੰ ਕੁੜੀ ਉਹ ਸਮਝਣਾ ਅਤੇ ਉਹਨੂੰ ਪੜ੍ਹਨ ਨਹੀਂ ਦੇਣਾ ਉਹਨੂੰ ਹਟਾ ਲੈਣਾ ਕਿ ਹੁਣ ਇਹਨੇ ਪੜ੍ਹ ਕੇ ਕੀ ਕਰਨਾ ਇਹਦਾ ਵਿਆਹ ਕਰ ਦਿਉ ਇਹਦਾ ਫਾਹਾ ਵੱਢੋ ਬਟ ਉੱਦਾਂ ਦਾ ਇੱਕ ਫਾਦਰ ਹੈ ਜਿਹੜੀਆਂ ਇਹ ਪ੍ਰੋਬਲਮਾਂ ਮਤਲਬ ਜਿਹੜੀਆਂ ਲਾਈਫ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਕੁੜੀ ਨੂੰ ਹਾਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਦੇ ਕੀ ਕਾਰਨ ਨੇ ਕਿਉਂ ਆਉਂਦੀਆਂ ਨੇ ਉਹ ਪ੍ਰੋਬਲਮਾਂ ਸੋ ਉੱਥੇ ਮਾਂ ਪਿਓ ਕਿੱਥੇ ਗਲਤ ਨੇ ਸੋ ਉੱਦਾਂ ਦੇ ਵਿਸ਼ੇ ਨੂੰ ਟੱਚ ਕਰਦੀ ਹੈ ਜੀ ਲੌਕ ਸੋ ਮੈਨੂੰ ਲੱਗਦਾ ਕਿ ਬੜੀ
ਇੰਟਰਸਟਿੰਗ ਫਿਲਮ ਹੈ, ਬਾਕੀ ਇਹ ਥੋੜ੍ਹੀ ਸਸਪੈਂਸ ਥ੍ਰਿਲਰ ਵਾਲੀ ਫਿਲਮ ਹੈ। ਲੌਕ ਦੇ ਅੰਦਰ ਕੀ ਹੈ ਇਹ 14 ਅਕਤੂਬਰ ਨੂੰ ਪਤਾ ਲੱਗੂ। ਤੂੰ ਭੋਲੇ ਦੀ ਜ਼ਿੰਦਗੀ ਦੇ 2 ਸਾਲ ਬਰਬਾਦ ਕੀਤੇ ਸੀ, ਹੁਣ ਭੋਲਾ ਤੇਰੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੂ। ਤੁਹਾਡੇ ਕਮੈਂਟਸ ਵੀ ਲੈਂਦੇ ਹਾਂ, ਪਰ ਇੱਕ ਜਿਹੜਾ ਕਿੱਸਾ ਮੈਂ ਸ਼ੇਅਰ ਕਰ ਰਿਹਾ ਉਹ ਇਹ ਕਿ ਅਸੀਂ ਆਰਮੀ ਸਕੂਲ ਦੇ ਵਿੱਚ ਬਾਈ ਦਾ ਇੱਕ ਗਾਣਾ ਸੁਣਿਆ ਸੀ ਫੁਲਕਾਰੀ, ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ, ਉਹ ਗਾਣਾ ਤੁਹਾਨੂੰ ਅਸੀਂ ਲਾਈਵ ਸੁਣਾ ਰਹੇ, ਫਿਰ ਲੌਕ ਦੇ ਵਿੱਚੋਂ ਜੱਟ ਔਨ ਟੌਪ ਵੀ ਆਏਗਾ। ਹਾਂਜੀ ਹਾਂ, ਹੋ ਇੱਕ ਸਾਰੇ ਰੱਬ ਨੇ ਪਰੋਈਆਂ ਲੜੀਆਂ, ਚਿੱਟਿਆਂ ਦੰਦਾਂ ਨੂੰ ਕਿਵੇਂ ਮੋਤੀ ਕਹਿ ਲਈਏ, ਹਾਸਾ ਤੇਰਾ ਮਿਲਦਾ ਨਾ ਜਿੰਦ ਵੇਚ ਕੇ, ਮੋਤੀ ਜਿੰਨੇ ਮਾਰੇ ਜੀ ਬਾਜ਼ਾਰੋਂ ਲੈ ਲਈਏ, ਮਹਿੰਗੀਆਂ ਨੇ ਚੀਜ਼ਾਂ ਇਹ ਰੱਖ ਸਾਂਭ ਕੇ, ਅੱਜ ਕੱਲ੍ਹ ਪਿੰਡ ਪਿੰਡ ਹੋ ਗਏ ਚੋਰਨੀ, ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਮੈਨੂੰ ਅੱਜ ਵੀ ਯਾਦ ਆ ਜਦੋਂ ਮੇਰੇ ਕੋਲ ਸਵੀਪ ਹੁਣੀ ਫਿਲਮ ਲੈ ਕੇ ਆਏ, ਮੇਰੇ ਲਈ ਨਹੀਂ ਸੀ ਲੈ ਕੇ ਆਏ, ਮੈਨੂੰ ਕਹਿੰਦੇ ਭਾਅ ਜੀ ਤੁਹਾਨੂੰ ਵੈਸੇ ਇੱਕ ਸਟੋਰੀ ਸੁਣਾਉਣੀ ਆ, ਸੁਣੋ ਕਿਆ ਫਿਲਮ ਹੈ, ਅਤੇ ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਭਾਅ ਜੀ ਵੀ ਆਪਾਂ ਕਰਨੀ ਹੈ, ਕਹਿੰਦੇ ਨਹੀਂ ਮੈਂ ਕਰਨੀ ਹੈ, ਤੁਹਾਡੇ ਲਈ ਕੋਈ ਰੋਲ ਨਹੀਂ ਹੈਗਾ। ਮੈਂ ਕਿਹਾ ਯਾਰ ਕਮਾਲ ਦੀ ਗੱਲ ਆ, ਨਾਲੇ ਕਹਿੰਦੇ ਇੰਨੀ ਘੈਂਟ ਫਿਲਮ ਆ। ਸੋ ਫਿਲਮ ਜਦੋਂ ਮੈਂ ਸੁਣੀ ਵਾਕਈ ਮੇਰੇ ਲਈ ਕੋਈ ਰੋਲ ਹੈ ਨਹੀਂ ਸੀ, ਮੈਂ ਕਿਹਾ ਯਾਰ ਵੀ ਆਹ ਭੋਲਾ ਕੌਣ ਪਲੇ ਕਰ ਰਿਹਾ, ਕਹਿੰਦੇ ਹਲੇ ਅਸੀਂ ਫਾਈਨਲ ਨਹੀਂ ਕੀਤਾ। ਮੈਂ ਕਿਹਾ ਯਾਰ ਮੈਂ ਕਰੂੰ, ਕਹਿੰਦੇ ਭਾਅ ਜੀ ਤੁਸੀਂ ਸ਼ੋਰ ਕਹਿ ਰਹੇ ਹੋ, ਮੈਂ ਕਿਹਾ ਯਾਰ ਐਡਾ ਘੈਂਟ ਰੋਲ ਆ, ਕੀ ਕਹਿ ਰਹੇ, ਕਹਿੰਦੇ ਹਾਂ ਕੀ ਕਹਿ ਰਹੇ ਹੋ, ਮੈਂ ਕਿਹਾ ਯਾਰ ਮੈਂ ਹੀ ਕਰੂੰਗਾ ਵੀ ਭੋਲਾ ਤਾਂ। ਮੈਂ ਕਿਹਾ ਫਿਰ ਕਿਹਾ ਆਟੋ ਚਲਾਉਂਦਾ ਦੇਸੀ, ਕਿਉਂਕਿ ਲਵ ਸਟੋਰੀ ਨਹੀਂ ਸੀ, ਇੱਕ ਡਿਫਰੈਂਟ ਫਲੇਵਰ ਸੀ, ਹੈ ਨਾ। ਮੈਨੂੰ ਲੱਗਦਾ ਜਿਹੜੀ ਤੁਸੀਂ ਭੋਲੇ ਦੀ ਗੱਲ ਕੀਤੀ, ਦੇਸੀ ਕਰੈਕਟਰ ਦੀ ਗੱਲ ਕੀਤੀ, ਇਸੇ ਕਰਕੇ ਦੇਸੀ ਰੌਕ ਸਟਾਰ ਨੂੰ ਅਸੀਂ ਲੌਕ ਕੀਤਾ, ਦੇਸੀ ਸ਼ਬਦ ਹੈ ਉਹ। ਹੁਣ ਤੁਸੀਂ ਜਿਹੜਾ ਤੁਸੀਂ ਚੌਕੜੀ ਮਾਰ ਕੇ ਬੈਠੇ ਹੋ, ਜੀ ਵਿੱਚ ਵੀ ਉਹੀ ਅੰਦਾਜ਼ ਹੈ। ਮੈਂ ਜੀ ਮੈਂ ਤਾਂ ਜਦੋਂ ਕਈ ਵਾਰੀ ਮਾਡਰਨ ਬਣ ਜਾਂਦਾ ਉਦੋਂ ਵੀ ਦੇਸੀ ਰਹਿਣ ਦਾ ਕੰਮ, ਹੈ ਨਾ। ਸੋ ਦੇਸੀ ਤਾਂ ਆਪਣੇ ਅੰਦਰ ਭਰਿਆ ਹੋਇਆ ਠੋਕ ਠੋਕ ਕੇ, ਬਟ ਫਿਲਮ ਬੜੀ ਕਲਾਸਿਕ ਹੈ ਜੀ। ਅਸੀਂ ਵੀ ਤੁਸੀਂ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਇਹ ਵੀ ਰਿਵੀਲ ਕੀਤਾ ਸੀ ਕਿ ਤੁਸੀਂ ਬਾਲੀਵੁੱਡ ਫਿਲਮ ਕਰ ਰਹੇ ਹੋ ਫਰਹਾਨ ਅਖਤਰ ਹੋਰਾਂ ਦੇ ਨਾਲ, ਲਖਨਊ ਸੈਂਟਰਲ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਦੱਸੋ ਯਾਰ, ਕਿਉਂਕਿ ਬੀਂਗ ਅ ਪੰਜਾਬੀ ਸਾਡੇ ਵੀ ਦਿਲ ਦੇ ਵਿੱਚ ਬੜੀਆਂ ਖੁਆਇਸ਼ਾਂ ਨੇ ਕਿ ਗਿੱਪੀ ਬਾਜੀ ਅਗਰ ਬਾਲੀਵੁੱਡ ਫਿਲਮ ਕਰ ਰਹੇ ਨੇ, ਉਹਦਾ ਥੋੜ੍ਹਾ ਜਿਹਾ ਐਕਸਕਲੂਸਿਵ ਜਾਣਕਾਰੀ ਸਾਡੇ ਲਈ ਸਾਂਝੀ ਕਰ। ਉਹਦੀ ਜਾਣਕਾਰੀ ਜਦੋਂ ਸ਼ੁਰੂ ਹੋ ਗਈ ਆਪਾਂ ਉਦੋਂ ਦੇਵਾਂਗੇ। ਸੋ ਹਾਲੇ ਤਾਂ ਮੈਂ ਇਹ ਕਹੂੰਗਾ ਵੀ 14 ਤਰੀਕ ਨੂੰ ਤੁਸੀਂ ਬਸ ਲੌਕ ਦੇਖੋ। ਚਲੋ ਭਾਅ ਜੀ, ਕੁਛ ਕਮੈਂਟਸ ਆ ਰਹੇ ਨੇ ਤੁਹਾਡੇ ਲਈ, ਆਪਾਂ ਉਹ ਪੜ੍ਹ ਲੈਂਦੇ ਹਾਂ। ਮਨੀ ਬਦਵਾ ਸਾਹਿਬ ਕਹਿੰਦੇ ਭਾਅ ਜੀ ਸੌਂਗ ਸੁਣਾ ਦਿਓ, ਰੱਖ ਹੌਸਲਾ ਨਹੀਂ ਬਿੱਲੋ ਰੱਖ ਹੌਸਲਾ। ਵਰਿੰਦਰ ਚਾਹ ਸਾਹਿਬ ਕਹਿ ਰਹੇ ਨੇ ਕਿ ਹਾਊ ਯੂ ਬ੍ਰਦਰ। ਹਰਮਨ ਬਾਠ ਸਾਹਿਬ ਹੈਲੋ ਜੀ। ਮੁਹੰਮਦ ਅਸ਼ਫਾਕ ਸਾਹਿਬ ਪਾਕਿਸਤਾਨ ਤੋਂ ਤੁਹਾਨੂੰ ਭੇਜ ਰਹੇ ਟੋਬਾ ਸਟੇਕ ਸਿੰਘ ਵਾਲੀ ਸਾਈਡ। ਵਾਰੀ 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 ਜੱਟ ਔਨ ਟੌਪ। ਹਾਂਜੀ, ਔਰ ਇਸ ਤੋਂ ਬਾਅਦ ਗੁਰਪ੍ਰੀਤ ਕੌਰ, ਸਤਿ ਸ਼੍ਰੀ ਅਕਾਲ ਗਿੱਪੀ, ਅਕੀ ਲਖਨ ਭਾਅ ਜੀ ਫਿਰ ਇੱਕ ਵਾਰੀ ਆ ਕੇ ਕਹਿੰਦੇ ਜੱਟ ਔਨ ਟੌਪ ਲਾਈਵ ਸੁਣਾ ਦਿਓ। ਵਾਰੀ ਵਾਰੀ ਹੋਏ ਹੋ ਚੰਦਰੇ ਬਲੈਕ ਦੀ ਨੇ ਦੱਸ ਦੇ, ਮੇਰੀ ਮਿਹਨਤ ਨਾ ਕੀਤੀ ਹੋਈ ਕਮਾਈ ਨੂੰ, ਹੱਥ ਸਿਰ ਉੱਤੇ ਰੱਖੀ ਮੇਰੇ ਮਾਲਕਾ, ਲੋਕ ਜਾਣਦੇ ਨਾ ਭਾਜੀ ਜਿਹੜਾ ਟ੍ਰਾਂਸਫਰਮੇਸ਼ਨ ਆਇਆ ਕਪਤਾਨ ਵੀ ਲਾਸਟ ਟਾਈਮ ਅਸੀਂ ਜੀ ਐਡਵੋਕੇਟ ਕਪਤਾਨ ਸਿੰਘ ਜੀ ਜੀ, ਉਸ ਤੋਂ ਪਹਿਲਾਂ ਤੁਹਾਡਾ ਕਿਰਦਾਰ ਚਾਹ ਜੇਮਸ ਬੌਂਡ ਦੀ ਗੱਲ ਹੋਵੇ ਜੀ, ਸ਼ਿੰਦਾ ਦਾ ਕੈਰੈਕਟਰ ਜਾਂ ਫਿਰ ਕਾਲਾ ਕੋਟ ਕਿਉਂ ਪਾਇਆ, ਇਹ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰ ਨੇ ਜੀ ਜੀ, ਹਰ ਇੱਕ ਕਿਰਦਾਰ ਨੂੰ ਤੁਸੀਂ ਆਪਣੇ ਹਿਸਾਬ ਨਾਲ ਜੀਆ ਹੈ ਕਿਤੇ ਨਾ ਜੀ ਜੀ ਬਿਲਕੁਲ, ਔਰ ਇਹ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਤੁਹਾਡੇ ਲਈ ਕਿ ਉਸ ਕੈਰੈਕਟਰ ਨੂੰ ਆਪਣੇ ਅੰਦਰ ਉਤਾਰ ਲੈਣਾ, ਕਿ ਭੁੱਲ ਜਾਂਦੇ ਉਸ ਤੋਂ ਬਾਅਦ? ਮੈਨੂੰ ਲੱਗਦਾ ਜੀ ਬਹੁਤ ਜ਼ਰੂਰੀ ਹੈ ਇਹ ਚੀਜ਼, ਤੁਹਾਨੂੰ ਡਿਫਰੈਂਟ ਕਿਰਦਾਰ ਕਰਨੇ ਚਾਹੀਦੇ ਆ। ਮੇਤੋਂ ਤਾਂ ਇੱਕ ਚੀਜ਼ ਹੁੰਦੀ ਨਹੀਂ ਕਿ ਵਾਰੀ ਵਾਰੀ ਜਦੋਂ ਆਪਾਂ ਕਈ ਫਿਲਮਾਂ ਆਉਂਦੀਆਂ ਨੇ ਆਪਾਂ ਇੱਕ ਸੇਮ ਟਾਈਪ ਦਾ, ਕਿਉਂਕਿ ਕਈ ਕਾਮੇਡੀ ਦੇ ਵਿੱਚ ਮੈਂ ਕਰਦਾ ਵਾਂ, ਜਿਹੜੀਆਂ ਸਵੀਪ ਬਾਈ ਦੀਆਂ 2-3 ਫਿਲਮਾਂ ਸੀਗੀਆਂ ਉਹਨਾਂ 'ਚ ਸੇਮ ਕਿਰਦਾਰ ਵੀ ਕੀਤੇ ਨੇ, ਬਟ ਮੈਨੂੰ ਵਧੀਆ ਲੱਗਦਾ ਕਿ ਜੇ ਕੋਈ ਮੈਨੂੰ ਨਵੀਂ ਚੀਜ਼ ਮਿਲਦੀ ਆ ਕਰਨ ਨੂੰ। ਸੋ ਕੈਪਟ ਜਿਹੜਾ ਐਡਵੋਕੇਟ ਵਾਲਾ ਕਿਰਦਾਰ ਸੀਗਾ ਕਪਤਾਨ ਦਾ, ਸੋ ਉਹ ਬਿਲਕੁਲ ਡਿਫਰੈਂਟ ਸੀਗਾ, ਮੈਂ ਉੱਦਾਂ ਦਾ ਰੋਲ ਨਹੀਂ ਸੀ ਪਲੇ ਕੀਤਾ। ਅਤੇ ਜੱਟ ਜੇਮਸ ਬੌਂਡ ਵਾਲਾ ਸ਼ਿੰਦਾ ਤਾਂ ਜਮ੍ਹਾਂ ਹੀ ਅਲੱਗ ਸੀ, ਫਰਾਰ ਦੇ ਵਿੱਚ ਜਮ੍ਹਾਂ ਹੀ ਡਿਫਰੈਂਟ ਸੀਗੇ, ਫਰਾਰ 'ਚ ਤਾਂ 2 ਪਲੇ ਕਰਨੇ ਪੈਂਦੇ ਸੀਗੇ, ਸ਼ਿੰਦਾ ਅਤੇ ਇੱਕ ਮਾਡਾਡ ਸੀਗੇ ਉਹ। ਸੋ ਮੈਂ ਕੋਸ਼ਿਸ਼ ਕਰਦਾ ਜੀ ਹਰ ਵਾਰੀ ਨਵਾਂ ਹੋਵੇ ਅਤੇ ਲੌਕ ਵਾਲਾ ਭੋਲਾ ਤਾਂ ਜਮ੍ਹਾਂ ਹੀ ਵਿਚਾਰਾ ਜਮ੍ਹਾਂ ਹੀ ਨਵਾਂ ਹੈ, ਸੋ ਇੱਦਾਂ ਤੁਸੀਂ ਕਦੇ ਦੇਖਿਆ ਹੀ ਨਹੀਂ ਹੋਣਾ। ਪਰ ਉਹ ਭੋਲਾ ਕਿੰਨਾ ਕਿ ਲੋਕਾਂ ਨੂੰ 14 ਅਕਤੂਬਰ ਨੂੰ ਪਤਾ ਚੱਲਣਾ? ਹਾਂ, ਇੰਨਾ ਨਾ ਹੀ ਭੋਲਾ ਹੈ, ਹੈ ਨਾ, ਉੱਦਾਂ ਭੋਲਾ ਭਾਲਾ ਹੈ ਨੀਗਾ ਉਹ, ਕਿੰਨਾ ਕੁ ਭੋਲਾ ਪਤਾ ਲੱਗਾ। ਅੱਛਾ, ਤੁਸੀਂ ਭੋਲੇ ਦੀ ਤਾਂ ਗੱਲ ਕਰ ਰਹੇ ਹਾਂ ਅਸੀਂ, ਭੋਲੇ ਦੀ ਭੋਲੀ ਵੀ ਹੈਗੀ ਫਿਲਮ 'ਚ ਕੋਈ? ਨਾ, ਭੋਲੇ ਦੀ ਭੋਲੀ ਕੋਈ ਨਹੀਂ ਹੈਗੀ ਜੀ ਫਿਲਮ ਦੇ ਵਿੱਚ, ਇਹੀ ਤਾਂ ਪ੍ਰੋਬਲਮ ਸੀ, ਤਾਂ ਹੀ ਤਾਂ ਮੇਰੇ ਲਈ ਕੋਈ ਰੋਲ ਨਹੀਂ ਸੁਣਾ ਰਹੇ, ਮੈਨੂੰ ਕਹਿੰਦੇ ਤੇਰੇ ਲਈ ਰੋਲ ਨਹੀਂ, ਬਟ ਫਿਲਮ ਬਹੁਤ ਘੈਂਟ ਆ, ਭੋਲਾ ਤੁਹਾਨੂੰ ਮਿਸ ਨਹੀਂ ਹੋਣ ਦਊਗਾ ਕਿ ਦੇਰ ਇਜ਼ ਨੋ ਭੋਲੀ। ਵਾਰੀ ਵਾਰੀ ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
ਬੈਸਟ ਵਿਸ਼ਸ ਫਾਰ ਆਲ ਤੁਸੀਂ ਪੜ੍ਹੇ ਨਹੀਂ ਜਿੱਥੇ ਲਿਖਿਆ ਗਿੱਪੀ ਇਜ਼ ਲੁਕਿੰਗ ਡੈਮ ਹੌਟ ਓ ਮਾਈ ਗਾਡ ਆਈ ਲਵ ਯੂ ਵਾਰੀ ਵਾਰੀ ਵਾਹ ਚੱਕ ਦਾ ਵੱਡੇ ਕਹਿੰਦੇ ਕਿ ਮੁਹੰਮਦ ਅਸ਼ਫਾਕ ਸਾਹਿਬ ਪੂਰਾ ਪਾਕਿਸਤਾਨ ਬਹੁਤ ਲਾਈਕ ਕਰਦਾ ਵੀਰ ਜੀ ਤੁਹਾਨੂੰ ਵਾਰੀ ਵਾਰੀ ਵਾਹ ਥੈਂਕ ਯੂ ਸੋ ਮਚ ਜੀ ਤੁਹਾਨੂੰ ਸਰਹੱਦ ਪਾਰ ਵੀ ਸਿਆਟਲ ਵੀ ਲੱਗੂ ਸਾਰੇ ਕਿਤੇ ਲੱਗੂ ਬਾਈ ਚੱਕ ਦਨੇ ਆ ਵੱਡੇ ਜ਼ਰੂਰ ਦੇਖਾਂਗੇ ਬਾਈ ਜੀ ਹਾਂਜੀ ਵੀਰੇ ਕੈਮ ਆ ਸੋ ਬਿੰਨੂ ਢਿੱਲੋ ਨਾਲ ਵੀ ਕਰੋ ਮੂਵੀ ਕੋਈ ਜ਼ਰੂਰੀ ਜ਼ਰੂਰ ਜੀ ਬਿੰਨੂ ਬਿਜ਼ੀ ਬਹੁਤ ਚੱਲ ਰਿਹਾ ਜੀ ਕੀ ਕਹੀਏ ਤੁਸੀਂ ਬਿੰਨੂ ਨੂੰ ਮੜਿਆ ਉਹਦੇ ਪੇਜ ਦੇ ਉੱਤੇ ਦੋ ਚਾਰ ਮੈਸੇਜ ਛੱਡ ਕੇ ਕਹੋ ਵੀ ਛੇਤੀ ਕਰ ਲੈ ਸੋ ਕਹਿ ਰਹੀ ਆ ਹੁਣ ਜੱਟਾ 2 ਕਰਾਂਗੇ ਜੀ ਇਕੱਠੇ ਕਰ ਰਹੇ ਹਾਂ ਬਿੰਨੂ ਬਾਜੀ ਨੂੰ ਇਹ ਵੀ ਲਿਖੋ ਕੀ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਵੀਰ ਜੀ ਇਦਾਂ ਨਹੀਂ ਕਰੀਦਾ ਹੈਗਾ ਹਾਂ ਚੰਗਾ ਨਹੀਂ ਲੱਗਦਾਗਾ ਲਵ ਯੂ 2 ਹੈ ਜੀ ਹਾਂਜੀ ਠੀਕ ਹੈ ਜੀ ਅਜ਼ੀਰ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਾਰਿਆਂ ਦਾ ਘਰੇ ਆਪਣੀ ਧੀ ਵਿਆਹਣ ਜੋਗੀ ਹੋਈ ਪਈ ਹੈ ਤੇ ਇਹਨੂੰ ਇਸ ਉਮਰ ਝਾਕ ਉੱਤੇ ਕੰਮ ਸੁਲਦੇ ਨੇ।